ਬਟਾਲਾ ਦੀ ਪਾਸ਼ ਕਲੋਨੀ ਸ਼ਾਸਤਰੀ ਨਗਰ ਦੇ ਵਿੱਚ ਚੋਰਾਂ ਦੇ ਵੱਲੋਂ ਕਾਰ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਕਸਰ ਹੀ ਇਲਾਕਾ ਨਿਵਾਸੀ ਚੋਰੀ ਦੀਆਂ ਘਟਨਾਵਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ, ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਸਰ, ਜੋ ਹਾਲਾਤ ਚੱਲਦੇ ਪਏ ਆ, ਮੈਨੂੰ ਲੱਗਦਾ ਪੁਲਿਸ ਨੂੰ ਥੋੜ੍ਹੀ ਮੁਸਤੈਦ ਹੋਣ ਦੀ ਲੋੜ ਹੈ। ਸ਼ਹਿਰ 'ਚ PCR ਦੀ ਗਸਤ ਵਧਾਉਣੀ ਚਾਹੀਦੀ ਹੈ, ਈਵਨ ਕਿ ਨੋਟ ਵੀ ਐਟ ਨਾਈਟ, ਦਿਨੇ ਵੀ ਉਹ ਰਾਤ ਵੀ 24/7 PCR ਗਸਤ ਹੋਣੀ ਚਾਹੀਦੀ ਹੈ। ਹਰ ਚੌਂਕ 'ਚ ਈਵਨ PCR ਨਾਕਾ ਹੀ ਹੋਣਾ ਚਾਹੀਦਾ ਵਾ, ਜੋ ਹਾਲਾਤ ਚੱਲਦੇ ਪਏ ਸ਼ਹਿਰ ਦੇ। ਆਪਾਂ ਦੇਖੀਏ ਹੁਣ ਜਿਹੜੇ ਸ਼ਹਿਰ ਦੇ ਜਿਹੜੇ ਆਊਟਰ ਪੁਆਇੰਟਸ ਹੈਗੇ ਆ, ਜਿੱਥੋਂ ਸ਼ਹਿਰ ਦੀ ਐਂਟਰੀ ਹੁੰਦੀ ਹੈ, ਉਦੋਂ 4 ਪੁਆਇੰਟ ਹੈਗੇ ਆ ਬਾਈਪਾਸ ਦੇ, ਔਰ ਆਪਾਂ ਰਾਤੀ ਉਹਦੀ ਬੈਰੀਕੇਡਿੰਗ ਕਰਦੀ ਹੈ। ਸਾਡਾ ਸ਼ਹਿਰ ਸੇਫ ਹੈ, ਜੇ ਪਰਾਲੀ ਸਮਝੋ ਗੱਡੀ ਗਈ ਹੈ ਕਿਤੇ ਬਾਹਰ, ਸ਼ਹਿਰੋਂ ਬਾਹਰ ਜਾ ਰਹੀ ਹੈ, ਸ਼ਹਿਰ ਤੋਂ ਬਾਹਰੋਂ ਗੱਡੀ ਆ ਰਹੀ ਹੈ, ਡੈਸਟਬਿਨਸ ਕੇ ਬਾਹਰ ਸਾਡੀ ਬੈਰੀਕੇਡਿੰਗ ਹੈ ਹੀ ਕੋਈ ਨਹੀਂ, ਕੋਈ ਲਾ ਐਂਡ ਆਰਡਰ ਮੇਨਟੇਨੇਬਿਲਟੀ ਨਹੀਂ ਲੱਗ ਰਹੀ ਮੈਨੂੰ ਪੁਲਿਸ ਵੱਲੋਂ। ਸਾਹਿਬ ਸਿੰਘ, ਸਾਹਿਬ ਸਿੰਘ ਜੀ, ਕਿੱਥੇ ਰਹਿੰਦੇ ਹੋ, ਕੀ ਹੋਇਆ ਸਾਰਾ? ਮੈਂ ਸ਼ਾਸਤਰੀ ਨਗਰ ਬਟਾਲਾ ਵਿਖੇ ਰਹਿੰਦਾ। ਮਾਮਲਾ ਇਹ ਹੈ ਕਿ ਰਾਤੀ 12 ਵਜੇ ਦੇ ਕਰੀਬ ਇੱਕ ਗੱਡੀ ਆਈ ਹੈ ਸਵਿਫਟ, ਅਤੇ ਸਾਡੀਆਂ ਗੱਡੀਆਂ ਤਕਰੀਬਨ ਇੱਥੇ ਕਲੋਨੀ ਦੀਆਂ ਸਾਰੀਆਂ ਬਾਹਰ ਹੀ ਹੁੰਦੀਆਂ ਵਾ, 13-14 ਗੱਡੀਆਂ ਖੜੀਆਂ ਸੀ, ਅਤੇ ਉਹਨਾਂ ਨੇ ਆ ਕੇ ਦੋ ਜਾਂ ਤਿੰਨ ਹੀ, ਹੁਣ ਇੱਕ ਕਨਫਰਮ ਨਹੀਂ ਆ, ਅਤੇ ਗੱਡੀ ਖੋਲ੍ਹਣੀ ਸ਼ੁਰੂ ਕਰ ਦਿੱਤੀ ਆ। 12-14 ਮਿੰਟ ਟਰਾਈ ਕਰਦੇ ਰਹੇ, ਗੱਡੀ ਖੁੱਲ੍ਹੀ ਨਹੀਂ ਉਹਨਾਂ ਕੋਲੋਂ, ਫਿਰ ਉਹ ਚਲੇ ਗਏ ਆ। ਫਿਰ 25-30 ਮਿੰਟ ਬਾਅਦ ਦੁਬਾਰਾ ਆਏ ਆ, ਅਤੇ ਫਿਰ ਉਹਨਾਂ ਨੇ 30-40 ਮਿੰਟ ਲਗਾ ਕੇ ਗੱਡੀ ਖੋਲ੍ਹ ਕੇ ਸਟਾਰਟ ਕਰਕੇ ਭਜਾ ਕੇ ਲੈ ਗਏ ਆ। ਕਿਹੜੀ ਗੱਡੀ ਸੀ, ਕਿੰਨੇ ਲੋਕ ਆਏ ਸੀ? ਕਨਫਰਮ ਨਹੀਂ ਹੈ, ਮੈਨੂੰ 2-3 ਲੋਕ ਲੱਗਦੇ ਆ। ਵੈਸੇ ਗੱਡੀ CCTV 'ਚ 2 ਜਣੇ ਤਾਂ ਪ੍ਰੋਪਰ ਦਿਖਾਈ ਦਿੱਤੇ ਆ, ਬਾਕੀ ਗੱਡੀ ਸਵਿਫਟ ਡਿਜ਼ਾਇਰ ਗੱਡੀ ਸੀ, 2018 ਮਾਡਲ। ਵਾਰਦਾਤਾਂ ਜੀ ਫੋਨ ਖੋਣ ਦੀਆਂ, ਅਤੇ ਅਮੂਮਨ ਅਜੇ ਕੱਲ੍ਹ ਇੱਥੇ 2 ਫੋਨ ਖੋਏ ਆ ਸਾਡੇ ਬਿਲਕੁਲ ਘਰ ਦੇ ਸਾਹਮਣੇ, ਕੱਲ੍ਹ ਦੀ ਵਾਰਦਾਤ ਆ, ਗੁਆਂਢ ਸਾਡੇ ਇੱਕ ਕਿਰਾਏਦਾਰਾਂ ਦਾ ਫੋਨ ਖੋਹ ਕੇ ਲੈ ਗਏ, ਅਤੇ ਛੋਟੀਆਂ ਮੋਟੀਆਂ ਘਟਨਾਵਾਂ। ਗੱਡੀ ਦੀ ਵਾਰਦਾਤ 2-3 ਗੱਡੀਆਂ ਸਾਡੀ ਕਲੋਨੀ 'ਚੋਂ ਪਹਿਲਾਂ ਵੀ ਗਈਆਂ ਵਾ, ਅਤੇ ਘਟਨਾ ਤਕਰੀਬਨ ਬਰਕਰਾਰ ਚੱਲ ਰਹੀਆਂ ਜੀ। ਹਾਂਜੀ, ਹਾਂਜੀ, ਪੁਲਿਸ ਆ ਰਹੀ ਹੈ ਜੀ, ਪੁਲਿਸ ਪੂਰਾ ਸਹਿਯੋਗ ਕਰ ਰਹੀ ਹੈ। ਇਹ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਦੀ ਕਿਹੜੀ ਜ਼ਹਿਰ ਗੱਡੀ ਰਾਤ ਚੋਰੀ ਹੋ ਗਈ ਹੈ, ਅਤੇ ਮੈਂ ਮੌਕੇ 'ਤੇ ਆਇਆਂ, ਅਤੇ ਇਹਨਾਂ ਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਜਿਹੜੀ ਸ਼ੁਰੂ ਹੈ, ਅਤੇ CCTV ਕੈਮਰੇ ਦੇ ਵੇਖ ਕੇ ਅਤੇ ਇਹਦਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.